ਅਸਲਾਮ ਵਾਲੇਕਮ ਫਰੈਂਡਸ ਕੀ ਹਾਲ ਨੇ ਠੀਕ ਠਾਕ ਮੈਂ ਵੀ ਠੀਕ ਆ ਤੇ ਫਰੈਂਡਸ ਅੱਜ ਦਾ ਵਲੌਗ ਅਸੀਂ ਇੱਥੇ ਡੇਰੇ ਤੇ ਆਏ ਹੋਇਆ ਧਿਆਨ ਲਗਾ ਤੇ ਆ ਨਲਕੇ ਦੀ ਹੌਜ਼ੀ ਜਿੱਥੇ ਮੈਂ ਬੈਠ ਫਰੈਂਡਸ ਫਰੈਂਡ ਤੁਹਾਡਾ ਮੈਂ ਸਪੈਸ਼ਲ ਸ਼ੁਕਰੀਆ ਦਾ ਕਰਦਾ ਤੁਸੀਂ ਬਾਬੇ ਜੀ ਦੀ ਵੀਡੀਓ ਨੂੰ ਬਹੁਤ ਪਸੰਦ ਕੀਤਾ ਤੇ ਲਾਈਕ ਕੀਤਾ ਕਮੈਂਟਸ ਕੀਤਾ ਔਰ ਕਾਫੀ ਫਰੈਂਡਸ ਨੇ ਕਮੈਂਟਸ ਵਿੱਚ ਬਾਬੇ ਜੀ ਹੋਰਾਂ ਨੂੰ ਮਿਲਣ ਦਾ ਫਿਰ ਫਿਰ ਇੱਕ ਵਾਰ ਬਾਬੇ ਜੀ ਹੋਰਾਂ ਨਾਲ ਗੱਪਸ਼ਪ ਖਾਹਿਸ਼ ਦਾ ਇਜ਼ਹਾਰ ਕੀਤਾ ਕਿ ਸਾਨੂੰ ਬਾਬੇ ਜੀ ਹੋਰਾਂ ਨਾਲ ਦੁਬਾਰਾ ਗੱਪਸ਼ਪ ਕਰਵਾਈ ਜਾਵੇ ਅੱਜ ਫਰੈਂਡਸ ਅਸੀਂ ਹੁਣ ਬਾਬਾ ਜੀ ਦੇ ਸਣਕੇ ਤੇ ਰੜੇ ਨਹੀਂ ਹਾਂ ਕਿ ਕਿਸਮਤ ਮਾੜੀ ਜਿਹੜੇ ਸਜਣਾ ਥਕੇੜੇ ਵਾਹ 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 ਕਿਸਮਤ ਮਾੜੀ ਹਾਂ ਗਿਲੇ ਸਜਣਾ ਤੇ ਥਕੇੜੇ ਨਹੀਂ ਹਾਂ ਕੀ ਆਵਾਜ਼ ਹੈ ਯਾਰ ਕਮਾਲ ਹੈ ਯਾਰ ਕਮਾਲ ਕਰ ਤੇ ਲਾਰੇ ਸਣ ਕੇ ਤੇ ਆ ਨਾਰੇ ਹਾਂ ਦਿਲਾਂ ਤੇ ਨੋੜ ਰਹੀਆਂ ਪਰਦੇਸ ਦਾ ਲਾ ਯਾਰ ਆਏ ਕੀ ਬਾਤ ਹੈ ਯਾਰ ਵਾਹ 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 ਪਾਣੀ ਭਰਣੇ ਨੂੰ ਗਈ ਹੋਈਆਂ ਅੱਛਾ ਕਿੱਥੋਂ ਤੇ ਮੇਲਾਨ ਪਾਣੀ ਭਰਣੇ ਨੂੰ ਗਈ ਹੋਈਆਂ ਹਾਂ ਤੇ ਮੇਲਾਨ ਦੇ ਵਾਸ ਦਾ ਢਾਢਿਆ ਦੇ ਭਾਈ ਵਾਹ 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 ਕੀ ਬਾਤ ਹੈ ਹੋਰ ਹੋਰ ਕੋਈ ਸੁਣਾਓ ਕਾਦੇ ਕਾਮ ਆਇਆ ਤੇ ਲੰਮੇ ਦੇ ਰਖਿਆ ਸਫਾਰ ਕਠੀ ਦੇਰੀ ਤਾ ਆ ਬਾਈ ਵਾਹ 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 ਕਮਾਲ ਕੋਠਾ ਕੋਠਾ ਤੂੰ ਓਡ ਪਰੀਏ ਹਾਂ ਸਜਣਾ ਜਵਾਬ ਇੱਕ ਤਵਾਦੀ ਨਦੀ ਚ ਬੋਡ ਮਰ ਗਿਆ। ਓਏ ਇਹ ਇਹ ਦੁਬਾਰਾ 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 ਦੁਬਾਰਾ। ਹਾਂ ਦੁਬਾਰਾ ਸੁਣਾਣਾ ਦੁਬਾਰਾ। ਕੋਠੇ ਟਬੋਡ ਪੜ ਗਿਆ। ਹਾਂ ਸਜਣਾ ਜਵਾਬ ਦਿੱਤਾ ਵਾਦੀ ਨਦੀ ਚ ਬੋਡ ਮਰ ਗਿਆ। ਵਾਹ 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 ਫਰੈਂਡਸ ਸਜਣਾ ਜਵਾਬ ਦਿੱਤਾ ਵਾਦੀ ਨਦੀ ਚ ਬੋਡ ਮਰੀਏ। ਉਹ ਨਦੀ ਮੈਨੂੰ ਦੱਸੋ ਕਿੱਥੇ ਹੈ? ਨਦੀ ਮੋੜ ਸੁਣਾ ਸਾਰਾ

ਕੋਈ ਨਹੀਂ ਉਹ ਦਰਦੀ ਮੇਰਾ ਵੈਰ ਅਜ਼ਾਲ ਢੋਲ ਬਦੋ ਚਾ ਮੋੜ ਬੋਆ ਵਾ 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 ਕੀ ਬਾਤ ਟਕ ਟਕਰਾਵਾ ਭਰ ਨਹੀਂ ਆਵਾ ਰੋ ਰੋ ਕੇ

ਇਹ ਪੁੱਤਰ ਕੌੜੀ ਹੈ ਹੋਰ ਐਦਾ ਮੇਰੇ ਨੂੰ ਨਹੀਂ ਵਾ ਐ ਇਹ ਛੱਟੇ ਨਾ ਮੇਰੇ ਦਾਈ ਹੈ ਹਾਂਜੀ ਮੁੱਕ ਦਿਆ ਨਹੀਂ ਏ ਕਾਲੀਆਂ ਰਾਤਾਂ ਮੁੱਕ ਦਿਆ ਨਹੀਂ ਏ ਕਾਲੀਆਂ ਰਾਤਾਂ ਮੁੱਕ

ਦਿਲਾਂ ਦੀਆਂ ਦਿਲਾਂ ਵਿੱਚ ਰਹਿ ਗਈਆ ਹੂੰ ਸਾਮਾ ਪਾਇ ਪਾਇ ਗਈਆ ਕਨੋਂ ਆ ਮੈਂ ਗਾ ਦਿਲਾਂ ਦੇ ਆ ਜਾਨੀਆਂ ਵਾ 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 ਉਹ ਰਾ ਲਾਇਆ ਹੋਰ ਕੋਈ ਕੋਈ ਜੀ ਆ ਉਹਦਾ ਪਰਸੂ ਦਾ ਵਿਵਾਰ ਹਾਂ ਛੋੜੀ ਕਾਇ ਦਵਾਈ ਕਾਇਦੇ ਲੈ ਇਹ ਸਾਰਿਆਂ ਦਾ ਹਾਂ ਕਿੰਨੇ ਕਉਂਦੇ ਸੀ ਤੁਹਾਨੂੰ ਗਾਣੇ ਗਾਣੇ ਕਿੰਨੇ ਕਉਂਦੇ ਸੀ ਕਿੰਨੇ ਗਾਣੇ ਆਉਂਦੇ ਆ ਨੀ ਗਾਣੇ ਤੇ ਘਰ ਕੇ ਆਉਂਦੇ ਆ ਹੂੰ ਇਹ ਨਾ ਮਾਜਾ ਪੁੱਤਰਾ ਹੋਰ ਕੋਈ ਆਪਣਾ ਕਲਾਮ ਪੇਸ਼ ਕਰੋ ਅੰਨੇ ਗਾਣੇ ਆਂਦੇ ਦਰਗਾਹ اينه اور چھوڑ ايندا اچھا ترکڑی تو دان دے ہاں کیا پین صاف کرو کا جا یا نہیں بولا ہائے واہ 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 ترکڑی تولن دی ہاں آپ پین صاف کرو کا کا یا نہیں بولا ہائے ہائے واہ کیا بات حالا ہم کچھ بو گڈا با دے ہم کچھ بو گڈا با دے ہاں ਤੂੰ ਮੇਰੇ ਕੋਲ ਹੋਵੇਂ ਕਾ ਲੋੜ ਨਹੀਂ ਸ਼ਰਾਬਾਂ ਨੂੰ ਹਾਏ ਕੀ ਬਾਤ ਹੈ ਯਾਰ ਵਾਹ 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 ਕੀ ਖੂਬ ਕਲਾਮ ਹੈ ਵਾਹ 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 ਗੱਡੀਆਂ ਦੇ ਤੂੰ ਮਾਇਆ ਹਾਂ ਨਕਸ਼ਾ ਦੀ ਮੈ ਸੋਣੀ ਹੂੰ ਗੋਰੇ ਰੰਗ ਦਾ ਤੂੰ ਮਾਇਆ ਵਾਹ 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 ਕੀ ਬਾਤ ਹੈ ਕੀ ਬਾਤ ਗੱਡੀ ਆ ਗਈ ਫੇਰੇ ਤੇ ਹਾਂ ਬੋਤ ਮੇਰਾ ਮਨਜੀਤ ਤੇ ਪਿਆਰੋ ਭਾਈ ਇਹਦੇ ਰੇ ਹਾਏ ਬੋਤ ਮੇਰਾ ਬੋਤ ਮੇਰਾ ਮਨਜੀਤ ਤੇ ਪਿਆਇ ਹਾਂ ਤੇ ਰੋ ਮਾਇਆ ਦੇ ਰੇ ਹਾਏ ਹਾਏ ਵਾਹ ਵਾਹ ਕੀ ਕੀ ਬਾਤ ਗੱਡੇ ਆ ਗਏ ਤਾਰਾਂ ਤੇ ਹਾਂ ਗੱਡੇ ਆ ਗਏ ਤਾਰਾਂ ਤੇ ਹੂੰ ਅੱਗੇ ਭਾਈ ਨੇਤ ਮਿਰਦਾ ਹੋਰ ਮਿਰਦਾ ਕਰਾਰਾ ਤੇ ਹਾਂ

ਵਾਹ 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 ਮਾਣੀ ਲੱਗ ਗਿਆ ਟੀਮਾਂ ਨੂੰ ਹਾਂ ਮਰਾ ਦੇ ਛੋੜੇ ਦੇ ਕੀ ਪਤਾ ਕੀ ਮਾਣੀ ਓਏ ਹੋਏ 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 ਕਿਮਾਂ ਨੂੰ ਤਾਂ ਪਤਾ ਹੀ ਨਹੀਂ ਨਾ ਵਾਹ 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 ਕਾ ਸਾਬੇ ਰਖ ਮਾਇਆ ਹਾਂ ਪੈਗ ਵੀ ਛੋੜੇ ਦੇ ਤੇ ਉੱਠੇ ਤੇ ਤੇਰੀ ਦੁੱਖ ਮਾਜਿਆ ਓਏ ਹੋਏ 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 ਵਾਹ ਵਾਹ ਦੁਬਾਰਾ ਦੁਬਾਰਾ ਹਾਂ ਦੁਬਾਰਾ ਦੁਬਾਰਾ ਸੁਣਾਓ ਜੀ ਦੁਬਾਰਾ ਹਾਂ ਆਇਓ ਸਾਵੇ ਰੋਖ ਮਾਇਆ ਸਾਵੇ ਰੋਖ ਮਾਇਆ ਹਾਂ ਤੇ ਪੀਗ ਵੀ ਛੋੜੇ ਦੇ ਉੱਟੇ ਦੇ ਮੇਰੀ ਦੁਖ ਮਾਇਆ ਕਮਾਲ ਏ ਯਾਰ ਕਮਾਲ ਵਾਹ ਕੀ ਬਾਤ ਏ ਯਾਰ ਹੋਰ ਕੁਝ ਸੁਣਾਓ ਆ ਖੋਤੀ ਆਹ ਖੋਤੀ ਕਦਨ ਸੋਨਾ ਆਪਣੀ ਤੰਦੂਰੇ ਤਾਜੀ ਹੋਈ ਏ ਹ ਮਾਲੋਂ ਡੀਆਂ ਦਾ ਅੱਛਾ ਰੋਟੀ ਇਸ ਪਿਆਲੇ ਲਈ ਹੋਈ ਏ ਵਾ 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 ਰੈਂਦਾ ਨਵੀਂ ਗੱਲ ਨਵਾ ਨਵਾ ਅਨਕਸ਼ਾਫ ਹੋਇਆ ਜੇ ਹੱਡੀਆਂ ਦਾ ਬਲਣੂ ਵਿੱਚ ਬਲ ਜਾਂਦਾ ਆ ਖੋਤੀ ਜਿਹੜੀ ਐ ਖੋਤੀ ਹਾਂ ਇਹ ਕਿੰਨੇ ਦਿਨਾਂ ਤੱਕ ਸੋਣਾ ਐ ਇਹ ਮਹੀਨੇ ਦਾ ਅਰਸਾ ਐ ਮਹੀਨੇ ਤੱਕ ਸੋਣਾ ਦਾ ਹਾਂ ਖੋਤੀ ਦਾ ਬੱਚਾ ਹੀ ਦੇਣਾ ਨਾ ਇਹਨੇ ਹਾਂ ਖੋਤੀ ਦਾ ਬੱਚਾ ਹੀ ਦੇਣਾ ਸੁਣਾ ਹਾਂ ਹਾਂ ਫਿਰ ਇਹਨਾਂ ਦਾ ਛੋਟੀਆਂ-ਛੋਟੀਆਂ ਡੇਰੀਆਂ ਪਈਆਂ ਨੇ ਖੇਤ 'ਚ ਤੁਹਾਨੂੰ ਪਤਾ ਐ ਕਿਸ ਚੀਜ਼ ਦੀਆਂ ਨੇ ਇਹ ਇੱਕ ਕਿਸਮ ਦੀ ਖਾਦ ਹੀ ਹੈਗੀ ਮੁੰਡਾ ਸਾਡਾ ਸਟੰਡ ਆ ਖਾਸ ਇਹ ਬੈਂਸਾ ਦਾ ਜਿਹੜਾ ਗੋਬਰ ਹੁੰਦਾ ਫਰੈਂਡ ਦਾ ਉਹ ਦਿੱਲੀ ਤਕਰੀਬਨ ਸਾਡੇ ਇੱਕ ਕਿਸਾਨ ਖੇਤਾਂ 'ਚ ਸੁੱਟ ਦਿੰਦੇ ਨੇ ਤੇ ਇਹ ਫਿਰ ਇੱਥੇ ਖੇਤਾਂ 'ਚ ਖਿਲਾਰ ਦਿੰਦੇ ਨੇ ਤੇ ਖਾਦ ਦਾ ਕੰਮ ਦਿੰਦਾ ਖਾਦ ਤੋਂ ਵੀ ਤਕਰੀਬਨ 50% ਜ਼ਿਆਦਾ ਹੀ ਇਸ ਦਾ ਸਰ ਹੁੰਦਾ ਇੱਕ ਖੇਤ ਚ ਫਸਲ ਬੜੀ ਸ਼ਾਨਦਾਰ ਤੇ ਜਾਨਦਾਰ ਹੁੰਦੀ ਹੈ ਆ ਤੁਸੀਂ ਵੇਖ ਰਹੇ ਹੋ ਰੇੜੇ ਤੇ ਸੁੱਟ ਕੇ ਤੇ ਫਿਰ ਇਹਨੂੰ ਖੇਤ ਵਿੱਚ ਖਿਲਾਰ ਦਿੱਤਾ ਜਾਂਦਾ ਇਸ ਨੂੰ ਇੱਥੇ ਖਿਲਾਰ ਕੇ ਖੇਤ ਤੇ ਫਿਰ ਇਹਨੂੰ ਤੋਂ ਪਾਣੀ ਲਾएंगे ਤੇ ਫਿਰ ਪਾਣੀ ਲਾਣ ਤੋਂ ਬਾਅਦ ਇਸ ਚ ਫਸਲ ਦੀ ਬੋਾਈ ਹੋਏਗੀ ਤੇ ਫਸਲ ਵੀ ਬੜੀ ਅੱਛੀ ਔਰ ਜ਼ੋਰਦਾਰ ਹੋਏਗੀ ਫਰਾਂਸੀ ਇਹ ਆਪਣੇ ਮਾਲ ਡੰਗਰ ਵਾਸਤੇ ਡੇਰਾ ਬਣਾ ਰਹੇ ਆ ਇਹ ਪਿੰਡ ਤੋਂ ਬਾਹਰ ਸਾਡੀਆਂ ਜ਼ਮੀਨਾਂ ਤੇ ਅਸੀਂ ਬਣਾ ਰਹੇ ਆ ਪਹਿਲੇ ਇਹ ਤੋਂ ਥੋੜਾ ਜਿਹਾ ਦੂਰ ਹੁੰਦਾ ਸੀ ਉਹ ਅੱਗੇ ਦਰਖਤ ਨਜ਼ਰ ਆ ਰਹੇ ਨੇ ਉੱਥੇ ਹੁੰਦਾ ਸੀ ਤੇ ਇਹ ਫਿਰ ਆ ਲੱਗ ਗਏ ਇੱਕ ਡੇਰੇ ਤੋਂ ਫਿਰ ਚੋਰ ਮੱਝਾਂ ਖੋਲ ਕੇ ਲੈ ਗਏ ਉਹਨਾਂ ਦੀਆਂ ਸਾਰੀਆਂ ਮੱਝਾਂ ਉਹਨੇ ਡਾਲਿਆਂ 'ਚ ਪਾਈਆਂ ਤੇ ਲੈ ਕੇ ਚਲੇ ਗਏ ਉਸ ਤੋਂ ਬਾਅਦ ਡੰਗਰ ਵਕਤ ਤੌਰ ਤੇ ਪਿੰਡ ਲੈ ਕੇ ਚਲੇ ਗਏ ਅਸੀਂ ਆਹ ਹੁਣ ਜਨਾਬ ਡੇਰਾ ਬੰਦ ਰਿਹਾ ਡਗਰਾ ਵਾਸਤੇ ਫਿਰ ਇੱਥੇ ਡੰਗਰ ਲਾਵਾਂਗੇ ਤੇ ਆਹ ਮੁੰਡਾ ਅੱਜ ਸੋਦਾ ਹੀ ਫਸਿਆ ਹੱਥ ਇਹ ਮੁੰਡੇ ਨੇ ਸ਼ਰਤ ਲਾਈ ਸੀ ਕਿ ਮੈਂ ਅੱਜ ਸਾਰਾ ਦਿਨ ਕੰਮ ਕਰਨਾ ਤੇ ਕੱਲ ਨੂੰ ਸੀ ਛੁੱਟੀ ਦੇਣੀ ਫਿਰ ਕੱਲ ਸਾਰਾ ਦਿਨ ਇਹਨੇ ਮੈਚ ਖੇਲਣਾ ਇੱਥੇ ਫਰੈਂਡਸ ਆਉਣਾ ਸੀ ਕੁਝ ਇੱਥੇ ਅਤੀਤ ਦਾ ਵੀਰ ਦੇ ਨਾਲ ਇੱਕ ਜਗ੍ਹਾ ਬਣਾ ਰਹੇ ਆ ਇਸ ਸਾਰੀ ਚ ਚਾਰ ਦਿਵਾਰੀ ਸਾਰੀ ਚ ਅਸੀਂ 2 2 ਫੁੱਟ ਦੇ ਫਾਸਲੇ ਤੇ ਸਰੀਆ ਪਾਇਆ ਹੈ ਇਹ ਪਿੱਛੇ ਦਿਵਾਰਾਂ ਚ ਵੀ ਸਰੀਆ ਪਾਇਆ ਹੈ ਅੱਗੇ ਫਿਰ ਮਜ਼ਬੂਤ ਗੇਟ ਲਾਵਾਂਗੇ ਇਥੇ ਆਤਨ ਚੋਰੀਆਂ ਬਹੁਤ ਹੁੰਦੀਆਂ ਨੇ ਇੱਥੇ